15 ਅਗਸਤ ਨੇੜੇ ਆ ਗਈ ਆ ਔਰ ਅਸੀਂ ਲਗਾਤਾਰ ਹੁਣ ਉਹਨਾਂ ਲੋਕਾਂ ਨਾਲ ਤੁਹਾਨੂੰ ਮਿਲਾਵਾਂਗੇ ਜਿਨ੍ਹਾਂ ਦਾ 15 ਅਗਸਤ ਦੇ ਨਾਲ ਸੰਬੰਧ ਹੈ। ਸ਼ੁਰੂਆਤ ਕਰ ਰਹੇ ਹਾਂ ਇੱਕ ਪੁਲਿਸ ਅਧਿਕਾਰੀ ਤੋਂ। ਇਹ ਪੁਲਿਸ ਅਧਿਕਾਰੀ ਦਾ ਜਨਮ 15 ਅਗਸਤ ਨੂੰ ਹੋਇਆ ਸੀ, ਇਸ ਕਰਕੇ ਇਹਨਾਂ ਨਾਲ ਵੀ ਗੱਲਬਾਤ ਕਰਾਂਗੇ ਕਿ 15 ਅਗਸਤ ਦਾ ਇਹਨਾਂ ਦੇ ਜੀਵਨ ਦੇ ਵਿੱਚ ਕਿੰਨਾ ਕੁ ਮਹੱਤਵ ਹੈ। ਆਪਣੇ ਜਨਮ ਦਾ ਤਾਂ ਹੈ ਹੀ, ਜਦੋਂ ਦੇਸ਼ ਆਜ਼ਾਦ 15 ਅਗਸਤ 1947 ਨੂੰ ਹੋਇਆ ਸੀ, ਉਹ ਕਿੰਨਾ ਕੁ ਪਿਆਰ ਕਰਦੇ ਨੇ 15 ਅਗਸਤ ਵਾਲੇ ਦਿਨ ਨੂੰ ਔਰ ਕਿਸ ਤਰ੍ਹਾਂ ਡਿਊਟੀ ਨਿਭਾਉਂਦੇ ਨੇ ਔਰ ਕਿੰਨੀਆਂ ਕੁ ਔਕੜਾਂ ਤੋਂ ਬਾਅਦ ਇਸ ਮੁਕਾਮ ਤੱਕ ਪਹੁੰਚੇ। ਸਾਡੇ ਨਾਲ ਮੌਜੂਦ ਆ ਆਜ਼ਾਦ ਦਵਿੰਦਰ ਸਿੰਘ। ਆਜ਼ਾਦ ਦਵਿੰਦਰ ਸਿੰਘ ਨਾਮ ਕਿੰਨੇ ਰੱਖਿਆ ਅਤੇ ਕਿਉਂ ਰੱਖਿਆ, ਇਸ ਬਾਰੇ ਵੀ ਜਾਣਕਾਰੀ ਲਵਾਂਗੇ। ਡਿਪਟੀ ਸਰ ਸਵਾਗਤ ਹੈ ਤੁਹਾਡਾ ਔਨ ਏਅਰ 'ਤੇ ਜੀ। ਧੰਨਵਾਦ ਜੀ ਬਹੁਤ ਬਹੁਤ। ਪਹਿਲਾ ਹੀ ਸਵਾਲ ਕਿ ਏਡੀ ਸਿੰਘ ਆਜ਼ਾਦ ਦਵਿੰਦਰ ਸਿੰਘ ਕਿੰਨੇ ਨਾਂ ਰੱਖਿਆ ਅਤੇ ਕਿਉਂ ਰੱਖਿਆ? ਮੇਰੇ ਫਾਦਰ ਸਾਹਿਬ ਸੀ ਜੀ ਆਰਮੀ ਦੇ ਵਿੱਚ, ਜੋ ਕਿ ਮੇਜਰ ਰਿਟਾਇਰ ਹੋਏ ਸੀ, ਉਹਨਾਂ ਨੇ ਮੇਰਾ ਨਾਂ ਆਜ਼ਾਦ ਦਵਿੰਦਰ ਰੱਖਿਆ ਸੀ ਕਿਉਂਕਿ ਮੇਰਾ ਜਿਹੜਾ ਜਨਮ ਹੈ ਤੁਸੀਂ ਦੱਸ ਚੁੱਕੇ ਹੋ 15 ਅਗਸਤ ਨੂੰ ਹੋਇਆ ਸੀ, ਇਸ ਕਰਕੇ ਮੇਰਾ ਨਾਂ ਆਖੇ ਆਜ਼ਾਦ ਦਵਿੰਦਰ ਸਿੰਘ ਲੱਗ ਗਿਆ। 15 ਅਗਸਤ 1947 ਨੂੰ ਦੇਸ਼ ਆਜ਼ਾਦ ਹੋਇਆ ਅਤੇ ਆਜ਼ਾਦ ਦਵਿੰਦਰ ਸਿੰਘ ਦਾ ਜਨਮ 15 ਅਗਸਤ ਨੂੰ ਹੁੰਦਾ। ਇਹਦੇ 'ਚ ਸਿਮਰੈਲਿਟੀ ਤਾਂ ਇਹ ਹੈ ਕਿ ਤੁਸੀਂ ਆਜ਼ਾਦੀ ਵਾਲੇ ਦਿਹਾੜੇ ਜੰਮੇ, ਦੇਸ਼ ਨਾਲ ਕਿੰਨਾ ਕੁ ਪਿਆਰ ਜਾਂ ਸਮਾਜ ਨਾਲ ਕਿੰਨਾ ਕੁ ਪਿਆਰ? ਬਿਲਕੁਲ ਜੀ, ਸਮਾਜ ਵਾਸਤੇ ਤਾਂ ਅਸੀਂ ਸੇਵਾ ਕਰ ਰਹੇ ਹਾਂ, ਸਮਾਜ ਦੀ ਸੇਵਾ ਲਈ ਭਰਤੀ ਹੋਏ ਹਾਂ। ਦੇਸ਼ ਸਾਡੇ ਲਈ ਪਹਿਲਾਂ ਵਾ, ਉਹ ਦੇਸ਼ ਭਗਤੀ ਸਾਡੇ 'ਚ ਭਰੀ ਹੋਈ ਹੈ ਕਿਉਂਕਿ ਮੇਰੇ ਫਾਦਰ ਸਾਹਿਬ ਆਰਮੀ ਦੇ ਵਿੱਚ ਹੋਣ ਕਰਕੇ ਇਹ ਚੀਜ਼ਾਂ ਮੈਨੂੰ ਉਹ ਦੱਸਦੇ ਰਹੇ ਆ ਅਤੇ ਮੈਂ ਵੇਖਦਾ ਰਿਹਾ। ਪਿਤਾ ਦੀ ਖੁਆਇਸ਼ ਸੀ ਕਿ ਤੁਸੀਂ ਪੁਲਿਸ 'ਚ ਜਾਓ ਜਾਂ ਆਰਮੀ 'ਚ ਜਾਓ? ਫਾਦਰ ਸਾਹਿਬ ਦੀ ਖੁਆਇਸ਼ ਆਰਮੀ 'ਚ ਸੀ ਪਰ ਮੈਂ ਏਅਰਫੋਰਸ ਜਾਣਾ ਚਾਹੁੰਦਾ ਸੀਗਾ। ਮੈਂ NCC ਰੱਖੀ ਸੀ ਏਅਰਵਿੰਗ ਖਾਲਸਾ ਕਾਲਜ ਦੇ ਵਿੱਚ, ਉਹਦੇ ਵਿੱਚ ਮੈਂ ਇੱਕ ਟੈਸਟ ਪਾਸ ਕੀਤਾ ਸੀ PABT ਪਾਇਲਟ ਐਪਟੀਟਿਊਡ ਬੈਟਰੀ ਟੈਸਟ ਹੁੰਦਾ ਵਾ ਜੋ ਪਟਿਆਲੇ ਹੁੰਦਾ। ਬਟ ਮੇਰੇ ਯਾਰ ਦੋਸਤ ਜਿਹੜੇ ਸੀਗੇ ਉਹ ਇੱਧਰ ਆ ਗਏ ਆਪਣਾ ਪੁਲਿਸ ਦੇ ਵਿੱਚ, ਅਤੇ ਉਹਨਾਂ ਕਾਰਨ ਵੇਖ ਕੇ ਮੇਰਾ ਵੀ ਮਨ ਕਿਹਾ ਵੀ ਚਲੋ ਯਾਰਾਂ ਦੋਸਤਾਂ ਨਾਲ ਥਾਣੇਦਾਰ ਭਰਤੀ ਹੋ ਜਾਈਏ। ਫਿਰ 90 ਦੇ ਵਿੱਚ ਮੈਂ ASI ਭਰਤੀ ਹੋ ਗਿਆ ਡਾਇਰੈਕਟ। ਜੇ ASI ਭਰਤੀ ਹੋ ਗਏ 90 ਦੇ ਵਿੱਚ ਤੁਸੀਂ ਭਰਤੀ, ਉਸ ਵੇਲੇ ਕੀ ਮਾਹੌਲ ਸੀ, ਪਰਿਵਾਰ ਦਾ ਕੀ ਮਾਹੌਲ ਰਹਿੰਦਾ ਸੀ? ਉਸ ਸਮੇਂ ਜੀ ਤੁਹਾਨੂੰ ਜਾਣਦੇ ਹੀ ਹੋਣੇ ਨੇ ਤਾਂ ਜੀ ਵੀ ਅੱਤਵਾਦ ਬਹੁਤ ਸੀਗਾ ਔਰ 90 ਦੇ ਅੱਤਵਾਦ ਪੀਕ 'ਤੇ ਸੀਗਾ। ਉਦੋਂ ਤਾਂ ਮਤਲਬ ਤੁਸੀਂ ਕਹਿ ਲਓ ਵੀ ਮਾਵਾਂ ਭਰਤੀ ਨਹੀਂ ਕਰਾਉਂਦੀਆਂ, ਡਰ ਦਾ ਮਾਹੌਲ ਸੀ ਘਰ 'ਚ। ਪਰ ਮੇਰਾ ਸ਼ੌਂਕ ਸੀ, ਮੈਂ ਭਰਤੀ ਹੋਇਆ ਅਤੇ ਇਸ ਲਾਈਨ ਨੂੰ ਚਲਾ ਗਿਆ, ਪਰ ਘਰ ਸਹਿਮ ਦਾ ਮਾਹੌਲ ਰਹਿੰਦਾ ਸੀਗਾ। ਜਦੋਂ ਫਿਰ ਕਦੀ ਲੇਟ ਹੋ ਜਾਣਾ ਜਾਂ ਡਿਊਟੀ ਪੈ ਹੀ ਜਾਂਦੀ ਹੈ, VIP ਡਿਊਟੀ ਆ ਗਈ ਜਾਂ ਕਿਤੇ ਇਨਕਾਊਂਟਰ ਹੋ ਗਿਆ, ਘਰ ਕਿਸ ਤਰ੍ਹਾਂ, ਕਿਉਂਕਿ ਪਤਾ ਲੱਗਾ ਕਿ ਤੁਸੀਂ ਇਕੱਲੇ ਇਕੱਲੇ ਭਰਾ ਸੀ, ਬਾਕੀ 3 ਭੈਣਾਂ ਸੀ ਉਸ ਸਮੇਂ, ਅਤੇ ਪਰਿਵਾਰ ਦਾ ਕਿੰਨਾ ਕੁ ਉਦੋਂ ਸਹਿਮ ਦਾ ਮਾਹੌਲ ਜਾਂ ਕਿੰਨਾ ਕੁ ਡਰ ਸੀ? ਉਸ ਟਾਈਮ ਦੇ ਵੇਖੋ ਜੀ, ਮੋਬਾਈਲ ਫੋਨ 'ਤੇ ਹੁੰਦੇ ਨਹੀਂ ਸੀਗੇ, ਲੈਂਡਲਾਈਨ ਹੁੰਦੇ ਸੀ, ਜਦ ਤੱਕ ਰਾਤ ਨੂੰ ਕਿਤੇ ਫੋਨ ਕਰਨਾ ਲਈਏ ਤਦ ਤੱਕ ਮਾਂ ਪਿਓ ਜਾਗਦਾ ਰਹਿੰਦਾ ਸੀਗਾ। ਜੇ ਓਵਰਆਲ ਦੇਖਿਆ ਜਾਵੇ ਤਾਂ ਤੁਹਾਡੇ ਲਈ ਕਿੰਨੀ ਕੁ ਚੈਲੇਂਜ ਸੀ ਉਦੋਂ ਡਿਊਟੀ ਕਰਨਾ? ਬਹੁਤ ਵੱਡਾ ਚੈਲੇਂਜ ਸੀ ਜੀ, ਸਾਰੀ ਪੰਜਾਬ ਪੁਲਿਸ ਲਈ ਚੈਲੇਂਜ ਸੀ। ਉਹ ਚੈਲੇਂਜ ਜੇ ਪੰਜਾਬ ਪੁਲਿਸ ਨੇ ਕਬੂਲ ਕੀਤਾ ਸੀਨੀਅਰ ਅਫਸਰਾਂ ਨੇ, ਅੱਜ ਅਸੀਂ ਵਿਆਹ ਸ਼ਾਦੀਆਂ ਦੇ ਜਗਰਾਤੇ ਬਣਾ ਰਹੇ ਹਾਂ। ਬਿਲਕੁਲ, ਕਿਉਂਕਿ ਉਸ ਸਮੇਂ 'ਤੇ ਨਾ ਦੇ ਵਿਆਹ ਕੋਈ ਜਾਂਦਾ ਸੀ ਔਰ ਨਾ ਕੋਈ ਰਾਤ ਦੇ ਸਮੇਂ ਘਰੋਂ ਬਾਹਰ ਨਿਕਲਦਾ ਸੀ। ਉਸ ਸਮੇਂ ਡਿਊਟੀ ਕਰਨ 'ਚ ਅਤੇ ਅੱਜ ਡਿਊਟੀ ਕਰਨ 'ਚ ਕਿੰਨਾ ਕੁ ਅੰਤਰ ਸਮਝਦੇ ਹੋ? ਬਹੁਤ ਫਰਕ ਹੈ ਜੀ, ਬਹੁਤ ਜ਼ਿਆਦਾ ਫਰਕ। ਉਸ ਸਮੇਂ ਦਾ ਅਤੇ ਇਸ ਦੌਰ ਦਾ ਜ਼ਮੀਨ ਅਸਮਾਨ ਦਾ ਫਰਕ ਹੈ। ਜੇ ਆਜ਼ਾਦ ਦਵਿੰਦਰ ਸਿੰਘ ਦੀ ਗੱਲ ਕਰੀਏ, ਜਦੋਂ ਨਵਾਂ ਨਵਾਂ ਕਹਿੰਦੇ ਕਿ ਰੰਗਰੂਟ ਹੁੰਦਾ ਬੰਦਾ, ਭਰਤੀ ਹੁੰਦਾ ਅਤੇ ਇੱਕ ਨਵਾਂ ਵੱਖਰਾ ਹੀ ਜੋਸ਼ ਹੁੰਦਾ, ਉਦੋਂ ਕਿੰਨੀ ਕੁ ਦਲੇਰੀ ਜਾਂ ਕਿੰਨਾ ਕੁ ਦਲੇਰਾਣਾ ਹੀ ਕੰਮ ਕੀਤੇ? ਕਾਫੀ ਨੇ ਜੀ, ਉਹ ਮੈਂ ਤੁਹਾਨੂੰ ਬਿਆਨ ਨਹੀਂ ਕਰ ਸਕਦਾ। ਚੈਨਲ ਉੱਤੇ ਬੜੇ ਅੱਤਵਾਦ ਨਾਲ ਮੁਕਾਬਲੇ ਹੋਏ ਆ, ਗੋਲੀਆਂ ਚੱਲੀਆਂ ਸਾਡੇ 'ਤੇ, ਬਲਾਸਟ ਵੀ ਹੋਏ ਆ, ਮਾਈਨਿੰਗ ਦੇ ਲੱਗ ਜਾਂਦੀ ਸੀ ਥੱਲੇ, ਬੜਾ ਕੁਛ ਸੀ ਉਸ ਸਮਾਂ। ਤੁਸੀਂ ਕੀ ਬਿਆਨ ਕਰ ਸਕਦਾ ਤੁਹਾਨੂੰ? ਜਦੋਂ ਫਿਰ ਕਦੀ ਮਾਤਾ ਹਨੇਰੇ ਸਵੇਰੇ ਤੁਸੀਂ ਘਰ ਆਉਂਦੇ ਸੀ ਅਤੇ ਮਾਤਾ ਜਦੋਂ ਉਹ ਗੱਲ ਯਾਦ ਆਉਂਦੀ ਕੋਈ ਵੀ, ਮਾਤਾ ਕੀ ਕਹਿੰਦੀ ਹੁੰਦੀ ਸੀ ਜਦੋਂ ਤੁਸੀਂ ਘਰ ਆਉਂਦੇ ਹੋਵੋ? ਮਾਤਾ ਜੀ ਇੱਕ ਨੂੰ
ਲੱਗ ਕੇ ਉਹਨੂੰ ਚੈਨ ਮਿਲ ਜਾਂਦਾ ਸੀ ਵੀ ਸਾਡਾ ਪੁੱਤ ਟਾਈਮ ਸਿਰ ਘਰ ਆ ਗਿਆ, ਕਿਉਂਕਿ ਉਦੋਂ ਆਸ ਹੀ ਨਹੀਂ ਹੁੰਦੀ ਸੀ ਕੋਈ ਪੁਲਿਸ ਵਾਲਾ ਹੋਵੇ, ਕੋਈ ਪਬਲਿਕ ਵਾਲਾ ਬੰਦਾ ਹੋਵੇ, ਰਾਤ ਨੂੰ ਗਿਆ ਸ਼ਾਮੀ ਘਰ ਮੁੜ ਆਉਂਦਾ ਸੀ, ਉਸ ਪਰਿਵਾਰ 'ਚ ਖੁਸ਼ੀ ਹੁੰਦੀ ਸੀ ਵੀ ਮੁੜ ਆਇਆ। ਮਹਿਸੂਸ ਕਰ ਰਹੇ ਹਾਂ ਕਿ ਮਾਤਾ ਦਾ ਨਾਂ ਲਿਆ ਅਤੇ ਮਨ ਵੀ ਭਰ ਆਇਆ। ਬਿਲਕੁਲ ਜੀ ਬਿਲਕੁਲ, ਤੁਸੀਂ ਪੁਰਾਣੀਆਂ ਯਾਦਾਂ ਯਾਦ ਕਰਾਤੀ ਆ। ਜੇ ਅੱਜ ਪਰਿਵਾਰ 'ਚ ਗੱਲ ਕੀਤੀ ਜਾਵੇ ਤਾਂ ਅੱਜ ਕੌਣ ਕੌਣ ਆ ਪਰਿਵਾਰ 'ਚ ਔਰ ਕੀ ਕਰਦੇ ਨੇ? ਮੇਰੀ ਵਾਈਫ ਆ ਜੀ ਰਣਦੀਪ ਕੌਰ, ਮੇਰੀ ਬੇਟੀ ਸੀ ਫੈਸ਼ਨ ਡਿਜ਼ਾਇਨਰ, ਇਹ ਦੋਵੇਂ ਮੇਰੀ ਵਾਈਫ ਅਤੇ ਫੈਸ਼ਨ ਡਿਜ਼ਾਇਨਰ ਸਾਹਮਣੇ ਸ਼ੋਰੂਮ ਆ ਘਰੇ ਹੀ। ਬੇਟੀ ਮੈਰਿਜ ਹੋ ਗਈ ਆ, ਬਾਹਰ ਚਲ ਗਈ ਆ, ਅਤੇ ਬੇਟਾ ਮੇਰਾ ਬਾਹਰ ਨਿਊਜ਼ੀਲੈਂਡ ਸੀਗਾ, ਉਹਨੂੰ ਫਿਰ ਬੇਟੀ ਦੇ ਬਾਹਰ ਜਾਣ ਕਰਕੇ ਉਹਨੂੰ ਮੈਂ ਇੱਥੇ ਬੁਲਾ ਲਿਆ ਵੀ ਆਪਣਾ ਬੇਟੀ ਦਾ ਬਿਜ਼ਨਸ ਜਿਹੜਾ ਉਹ ਤੂੰ ਸਾਹਮਣੇ ਲਾ। ਲੋਕ ਤਾਂ ਬੱਚਿਆਂ ਨੂੰ ਪੈਸੇ ਲੱਖਾਂ ਰੁਪਈਏ ਖਰਚ ਕੇ ਬਾਹਰ ਭੇਜਦੇ ਅਤੇ ਤੁਸੀਂ ਬਾਹਰੋਂ ਬੱਚੇ ਨੂੰ ਇੱਥੇ ਬੁਲਾ ਲਿਆ? ਮੈਂ ਜੀ ਘਰੇ ਬੇਟੀ ਦਾ ਜਿਹੜਾ ਬਿਜ਼ਨਸ ਆ ਉਹ ਸਾਂਭਣ ਵਾਸਤੇ ਬੁਲਾਇਆ, ਕਰਿਆ ਕਰਿਆ ਵਧੀਆ ਬਿਜ਼ਨਸ ਚੱਲਿਆ, ਇਹਨੂੰ ਵਧੀਆ ਸੀਟ 'ਤੇ ਬਿਠਾ ਦਿੱਤਾ, ਬਾਹਰ ਜਾ ਕੇ ਤਾਂ ਦਿਹਾੜੀਆਂ ਕਰਨੀਆਂ। ਇਹ ਵੀ ਸੋਚ ਚੰਗੀ ਹੈ ਕਿ ਬਾਹਰ ਜਾ ਕੇ ਦਿਹਾੜੀਆਂ ਕਰਨੀਆਂ, ਇੱਥੇ ਆਪਣੀ ਮਲਕੀਅਤ ਆ, ਪਰਿਵਾਰ 'ਚ ਬੈਠੇ ਆ, ਬੱਚਾ ਮੰਨ ਗਿਆ? ਬਿਲਕੁਲ ਜੀ ਮੰਨ ਗਿਆ, ਮੰਨ ਗਿਆ ਜੀ। ਇਹ ਵੀ ਸ਼ੁਕਰ ਵਾਲੀ ਗੱਲ ਹੈ। ਬਿਲਕੁਲ ਜੀ, ਜੇ ਜਿੱਦਾਂ ਤਾਂ ਕਰਦੇ ਨੇ, ਪਰ ਚਲੋ ਹੈ ਇਕੱਲੇ ਇਕੱਲੇ ਆ, ਜੇ ਇਹਨਾਂ ਨੂੰ ਵੀ ਬਾਹਰ ਭੇਜ ਦਾਂਗੇ ਤਾਂ ਪਿੱਛੇ ਕੌਣ ਰਹਿ ਗਿਆ? ਬੇਟੀ ਪਹਿਲਾਂ ਬਾਹਰ ਚਲ ਗਈ ਆ, ਇਸ ਕਰਕੇ ਮੇਰੀ ਸੋਚ ਆ ਵੀ ਇਹ ਬਿਲਕੁਲ ਇੱਥੇ ਰਹੇ। ਫਿਰ ਜਨਮਦਿਨ ਹੁੰਦਾ, ਉੱਦਣ ਆਜ਼ਾਦੀ ਦਿਹਾੜਾ ਵੀ ਹੁੰਦਾ, ਲੋਕ ਪੂਰਾ ਦੇਸ਼ ਹੀ ਤੁਹਾਡਾ ਵੀ ਜਨਮਦਿਨ ਵਿੱਚ ਹੀ ਮਨਾ ਲੈਂਦਾ, ਕਿੰਨੀ ਕੁ ਮਾਣ ਮਹਿਸੂਸ ਹੁੰਦਾ ਕਿ 15 ਅਗਸਤ ਵਾਲੇ ਦਿਨ ਜਨਮ ਹੋਇਆ? ਜੀ ਮੈਂ ਬਹੁਤ ਮਾਣ ਮਹਿਸੂਸ ਕਰਦਾ ਵਾਂ, ਕਿਉਂਕਿ ਵਾਈ ਤੋਂ ਤੁਸੀਂ ਯਾਦਵਿੰਦਰਾ ਸਿੰਘ ਬਹੁਤ ਵੇਖੇ ਆ, ਇਹ ਤੋਂ ਆਜ਼ਾਦ ਦਵਿੰਦਰ ਸਿੰਘ ਬਹੁਤ ਘੱਟ ਤੁਹਾਨੂੰ ਮਿਲਣਗੇ, ਭਾਵੇਂ ਗੂਗਲ 'ਤੇ ਸਰਚ ਮਾਰ ਕੇ ਦੇਖ ਲਿਓ। ਇਸ ਕਰਕੇ ਮੇਰੇ ਮਿੱਤਰ ਜਿਹੜੇ ਆ ਨਾ, ਜਿਹਨਾਂ ਨੂੰ ਹੋਰ ਕਿਸੇ ਦਾ ਜਨਮਦਿਨ ਯਾਦ ਨਾ ਰਹੇ, ਮੇਰਾ ਜਨਮਦਿਨ ਯਾਦ ਰਹਿੰਦਾ ਰਹੋ, ਮੈਨੂੰ ਮੈਕਸੀਮਮ ਪਾਰਟੀਆਂ ਉਸ ਦਿਨ ਸ਼ਾਮਾਂ ਨੂੰ ਕਰਨੀਆਂ ਪੈਂਦੀਆਂ। ਕਹਿੰਦੇ ਕਿ ਕਿਸੇ ਦਾ ਜਨਮਦਿਨ ਯਾਦ ਮੈਨੂੰ ਰਹੇ ਨਾ ਰਹੇ, ਪਰ ਮੇਰਾ ਜਨਮਦਿਨ ਪੂਰਾ ਦੇਸ਼ ਵੀ ਮਨਾਉਂਦਾ ਔਰ ਯਾਦ ਵੀ ਰਹਿੰਦਾ। ਸਾਡੇ ਨਾਲ ਆਜ਼ਾਦ ਦਵਿੰਦਰ ਸਿੰਘ, DSP ਸਿਟੀ ਬਟਾਲਾ ਦੇ, ਧਰਮ ਪਤਨੀ ਮੌਜੂਦ ਆ, ਕੀ ਨਾਮ ਆ ਜੀ? ਰਣਦੀਪ ਕੌਰ। ਆਜ਼ਾਦ ਦਵਿੰਦਰ ਸਿੰਘ ਜਦੋਂ ਵਿਆਹ ਹੋਇਆ ਉਸ ਸੁਭਾਅ 'ਚ ਅਤੇ ਅੱਜ ਦੇ ਸੁਭਾਅ 'ਚ ਕਿੰਨਾ ਕੰਤਰ? ਨਹੀਂ ਠੀਕ ਆ, ਵੈਸੇ ਸ਼ੁਰੂ ਤੋਂ ਹੀ ਵਧੀਆ ਰਹੇ ਆ, ਬੜੇ ਸਪੋਰਟਿਵ ਆ, ਅਤੇ ਮਤਲਬ ਬਹੁਤ ਵਧੀਆ ਰਹੇ ਆ। ਅਤੇ ਥੋੜ੍ਹਾ ਇੰਟਰਵਿਊ ਕਰਨ ਦਾ ਮਤਲਬ ਸੀ ਕਿ 15 ਅਗਸਤ ਨੂੰ ਪੈਦਾ ਹੋਏ ਆ, ਔਰ 15 ਅਗਸਤ ਪੂਰੇ ਹਿੰਦੁਸਤਾਨ 'ਚ ਜਿਹੜਾ ਭਾਰਤ 'ਚ ਜੰਮਿਆ ਜਾਂ ਜਿਹਦਾ ਭਾਰਤ ਨਾਲ ਸੰਬੰਧ ਆ, ਉਹਦਾ ਇੱਕ ਆਪਣਾ ਲਗਾਵ ਆ ਇਸ ਤਿਉਹਾਰ ਦੇ ਨਾਲ, ਕਿਉਂਕਿ ਇਸ ਦਿਨ ਭਾਰਤ ਆਜ਼ਾਦ ਹੋਇਆ ਸੀ ਔਰ ਇਹਨਾਂ ਦਾ ਜਨਮਦਿਨ ਹੋਇਆ ਸੀ। ਤੁਸੀਂ ਕਿੱਦਾਂ ਮਨਾਉਂਦੇ ਹੋ? ਅਸੀਂ ਵਧੀਆ ਮਨਾਈ ਦਾ ਜਨਮਦਿਨ। ਹਾਂਜੀ, ਉਸ ਦਿਨ ਮਤਲਬ ਇਹ ਆ ਕਿ ਡਿਊਟੀ ਲੱਗਦੀ ਹੈ ਇਹਨਾਂ ਦੀ 15 ਅਗਸਤ ਵਾਲੇ ਦਿਨ, ਅਤੇ ਵੇਟ ਕਰੀਦੀ ਆ, ਫਿਰ ਡਿਊਟੀ ਕਰਕੇ ਫਿਰ ਸ਼ਾਮ ਨੂੰ ਵਧੀਆ ਸੈਲੀਬ੍ਰੇਟ ਕਰੀਦਾ। ਓਵਰਆਲ ਜੇ ਦੇਖਿਆ ਜਾਏ ਤਾਂ ਪਰਿਵਾਰ 'ਚ ਕਿੰਨੇ ਵਜੇ ਘਰ ਆਉਂਦੇ ਆ ਜਾਂ ਕਿਸ ਤਰ੍ਹਾਂ ਦਾ ਸੁਭਾਅ ਰਹਿੰਦਾ? ਹਾਂਜੀ, ਸੁਭਾਅ ਬਹੁਤ ਵਧੀਆ, ਮਤਲਬ ਜਿਵੇਂ ਕਦੀ ਵਾਰੀ ਤਾਂ 1-1.5 ਵਜੇ ਆ ਜਾਂਦੇ ਆ, ਜਾਂ ਕਈ ਵਾਰੀ ਸਵੇਰੇ 4 ਵਜੇ ਆਉਣਾ, ਅਤੇ ਬਾਕੀ ਸਾਡੇ ਦਰਸ਼ਕਾਂ ਨੂੰ ਇਹ ਕਲੀਅਰ ਕਰ ਦਿਉ, 1-1.5 ਕਿਹੜਾ, ਦੁਪਹਿਰ ਦਾ ਕਿ ਰਾਤ ਦਾ? ਰਾਤ ਦਾ ਜੀ। ਹਾਂਜੀ, ਦੁਪਹਿਰ ਦਾ ਤਾਂ ਕੋਈ ਸਵਾਲ ਹੀ ਨਹੀਂ ਪੈਦਾ ਹੁੰਦਾ ਕਿ ਆ ਜਾਣ ਘਰੇ ਜਾਂ ਕੁਛ। ਹਾਂਜੀ, ਤੁਸੀਂ ਪਰਿਵਾਰ ਸੌਂ ਜਾਂਦਾ ਕਿ ਵੇਟ ਕਰਦਾ? ਨਹੀਂ, ਵੇਟ ਕਰਦੇ ਹਾਂ ਕਦੋਂ ਆਉਂਦੇ ਆ, ਫਿਰ ਅਸੀਂ ਖਾਣਾ ਵਗੈਰਾ ਦੇਣਾ ਹੁੰਦਾ, ਨਾਲ ਅਸੀਂ ਵੀ ਖਾਣਾ ਹੁੰਦਾ। ਇਹਨਾਂ ਦੇ ਨਾਲ ਨਾਲ ਤੁਸੀਂ ਵੀ ਨੌਕਰੀ ਕਰਦੇ? ਹਾਂਜੀ ਬਿਲਕੁਲ ਬਿਲਕੁਲ, ਨਾਲ ਨੌਕਰੀ ਕਰਦੇ ਹਾਂ ਅਸੀਂ ਵੀ। ADSਿੰਘ ਹੋਣਾ ਦੇ, ਯਾਨੀ ਕਿ ਆਜ਼ਾਦ ਦਵਿੰਦਰ ਸਿੰਘ ਹੋਣਾ ਦੀ ਧਰਮ ਪਤਨੀ, ਕਹਿੰਦੇ ਕਿ ਇਕੱਲੇ ਜੇ ਇਹ DSP ਨੇ ਤਾਂ ਪੂਰਾ ਪਰਿਵਾਰ ਵੀ ਇਹਨਾਂ ਦੇ ਨਾਲ ਹੀ ਡਿਊਟੀ ਨਿਭਾਉਂਦਾ, ਕਿਉਂਕਿ ਕਹਿੰਦੇ 1-1.5 ਵਜੇ ਤੋਂ ਪਹਿਲਾਂ ਤਾਂ ਰੂਟੀਨ 'ਚ ਘਰ ਆਉਂਦੇ ਨਹੀਂ, ਅਤੇ ਜੇ ਰਾਤ ਦੀ ਡਿਊਟੀ ਲੱਗ ਜਾਏ ਤਾਂ ਸਵੇਰੇ 3-4 ਵਜੇ ਆਉਂਦੇ ਆ, ਇਹਨਾਂ ਦੇ ਨਾਲ ਹੀ ਕਹਿੰਦੇ ਅਸੀਂ ਵੀ ਜਾਗਦੇ ਹਾਂ। ਸੋ ਆਜ਼ਾਦ ਦਵਿੰਦਰ ਸਿੰਘ ਹੁਣੀ 15 ਅਗਸਤ ਨੂੰ ਜੰਮੇ, ਔਰ ਇਸ ਕਰਕੇ ਕਹਿੰਦੇ ਮੇਰਾ ਸੁਭਾਅ ਵੀ ਅਜਿਹਾ ਰਿਹਾ, ਕਿਉਂਕਿ ਪਿਤਾ ਫੌਜ ਦੇ ਵਿੱਚ ਸੀ, ਪੁਲਿਸ ਦੇ ਵਿੱਚ ਭਰਤੀ ਹੋਏ, ਐਸੀ ਲੜਾਈ ਲੜੀ ਜਿਹੜੀਆਂ ਹਨੇਰੀਆਂ ਰਾਤਾਂ ਸੀ, ਅਤੇ ਲੋਕ ਆਪਣੇ ਬੱਚਿਆਂ ਨੂੰ ਬਾਹਰ ਨਹੀਂ ਸੀ ਕੱਢਦੇ, ਪਰ ਆਜ਼ਾਦ ਦਵਿੰਦਰ ਹੁਣਾਂ ਨੇ ਉਹ ਵੀ ਸਮਾਂ ਦੇਖਿਆ, ਕਿਉਂਕਿ ਉਹ 90 ਦੇ ਦਸ਼ਕ ਦੇ ਵਿੱਚ ਥਾਣੇਦਾਰ ਭਰਤੀ ਹੋਏ, ਅੱਜ DSP ਸਿਟੀ ਬਟਾਲਾ ਲੱਗੇ ਨੇ, ਵੱਖ ਵੱਖ ਪੋਸਟਾਂ 'ਤੇ ਰਹੇ, ਵੱਖ ਵੱਖ ਇਲਾਕਿਆਂ ਦੇ ਵਿੱਚ ਨੌਕਰੀ ਕੀਤੀ, ਅਤੇ ਕਹਿੰਦੇ ਇਸ ਗੱਲ ਦਾ ਹੱਦੋਂ ਵੱਧ ਮਾਣ ਹੈ ਕਿ ਇਹ
15 ਅਗਸਤ ਨੂੰ ਜੰਮੇ। ਕੈਮਰਾਮੈਨ ਬੰਟੀ ਦੇ ਨਾਲ ਔਨ ਏਅਰ ਲਈ ਨਿਤਿਨ ਲੂਥਰਾ, ਬਟਾਲਾ।